ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਖੋਰੇ ਸੱਚ 47 ਦੇ ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ। ਮੈਂ ਅੱਜ ਜਿਹੜੀ ਤੁਹਾਨੂੰ ਖਸਤਾ ਹਾਲ ਜਿਹੜੀ ਬਿਲਡਿੰਗ ਦਿਖਾ ਰਿਹਾ ਵਾਂ, ਇਹ ਗੁਰਦੁਆਰਾ ਸ੍ਰੀ ਬਾਰਾਦਰੀ ਹੈ। ਇਸ ਤੋਂ ਪਹਿਲੇ ਮੈਂ ਇੱਕ ਗੁਰਦੁਆਰਾ ਬਾਰਾਦਰੀ ਜਿਹੜੀ ਹੈ ਮੈਂ ਰਾਵਲਪਿੰਡੀ 'ਚ ਦਿਖਾ ਚੁੱਕਿਆ ਵਾਂ। ਇਹਦੇ ਨਾਲ ਵੱਡੇ 12 ਕਮਰੇ ਸਨ ਔਰ 12 ਕਮਰਿਆਂ ਦੇ ਅੱਗੇ 12 ਬਰਾਮਦੇ ਸਨ, ਜਿਨ੍ਹਾਂ ਦੀ ਹਲੇ ਵੀ ਕੁਛ ਨਾ ਕੋਈ ਡਿਊੜੀਆਂ ਜਿਹੜੀਆਂ ਨੇ ਉਹ ਬਾਕੀ ਨੇ ਔਰ ਕੁਝ ਨਜ਼ਰ ਵੀ ਆਉਂਦਾ। ਜਿਹੜੀਆਂ ਕਿ 12 ਕਮਰੇ ਔਰ 12 ਡਿਊੜੀਆਂ ਜਿਹੜੀਆਂ ਸਨ ਉਹ ਸਿਰਫ ਯਾਤਰੀ ਨਿਵਾਸ ਸੀ। ਔਰ ਅਮਰਦੀਪ ਸਾਹਿਬ ਜਿਹੜੇ ਕਿ ਕੁਝ ਅਰਸਾ ਪਹਿਲੇ, ਇੱਕ ਸਾਲ ਪਹਿਲੇ ਪਾਕਿਸਤਾਨ ਦਾ ਟੂਰ ਕਰਕੇ ਗਏ ਸਨ, ਸੇਮ ਪ੍ਰਕਾਸ਼ ਅਸਥਾਨ ਉਹਨਾਂ ਨੂੰ ਮੈਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਗੁਜਰਾਂਵਾਲਾ ਦਾ ਜਿਹੜਾ ਸੀ ਉਹ ਦਿਖਾਇਆ ਸੀ, ਕਿਹੜਾ ਪੁਰਾਣਾ ਪ੍ਰਕਾਸ਼ ਅਸਥਾਨ ਹੈ ਉਹ ਇਸ ਜਗ੍ਹਾ ਦੇ ਉੱਤੇ ਸੀ। ਇਹ ਦੇਖੋ ਸਿੱਖ ਆਰਕੀਟੈਕਚਰ ਜਿਹੜਾ ਹਲੇ ਵੀ ਮੁਕੰਮਲ ਤੌਰ ਦੇ ਉੱਤੇ ਇੱਥੇ ਦੇਖਿਆ ਜਾ ਸਕਦਾ। ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਗੱਲ ਆ ਜਾਂਦੀ ਹੈ ਕਿ ਜਦੋਂ ਸਭ ਕੁਛ ਉਜੜ ਜਾਂਦਾ ਅਤੇ ਫਿਰ ਉੱਥੇ ਕੁਝ ਵੀ ਨਹੀਂ ਬਚਦਾ। ਇਸ ਜਗ੍ਹਾ ਦੇ ਉੱਤੇ ਪ੍ਰਕਾਸ਼ ਅਸਥਾਨ ਸੀ। ਇਹ ਜਗ੍ਹਾ ਦੇਖੋ ਹਲੇ ਵੀ ਇਹਦੇ 'ਤੇ ਮਾਰਬਲ ਔਰ ਉੱਥੇ ਪੱਥਰ ਲੱਗਾ ਹੋਇਆ ਸੀ ਜਿਹੜਾ ਕਿ ਇੱਥੋਂ ਪੁੱਟ ਲਿੱਤਾ ਗਿਆ ਔਰ ਬਾਕੀ ਜਿਹੜੀ ਹੈ ਉਹ ਸਾਰੀ ਦੀ ਸਾਰੀ। ਔਰ ਉਸ ਵੇਲੇ ਇਹ ਤਰੀਕਾਕਾਰ ਸੀ, ਇਹ ਇਸ ਜਗ੍ਹਾ ਦੇ ਉੱਤੇ ਜਿਹੜਾ ਮੈਨੂੰ ਕਿਸੇ ਕੋਲੋਂ ਇਨਫੋਰਮੇਸ਼ਨ ਮਿਲੀ ਸੀ ਕਿ ਉਦੋਂ ਸੁੱਖ ਆਸਣ ਜਿਹੜਾ ਸੀ ਬਾਹਰ ਨਹੀਂ ਸੀ ਹੁੰਦਾ, ਪੁਰਾਣੇ ਜਿੰਨੇ ਵੀ ਸਨ ਜਿਹੜੇ ਕੀ ਕਹਾਂਗੇ ਅੰਦਰ ਰੱਖਣ ਵਾਸਤੇ, ਗ੍ਰੰਥ ਸਾਹਿਬ ਨੂੰ ਰੱਖਣ ਵਾਸਤੇ ਅੰਦਰ ਹੀ ਜਗ੍ਹਾ ਇਸਤੇਮਾਲ ਕੀਤੀ ਜਾਂਦੀ ਸੀ। ਐਜ਼ ਏ ਸੁੱਖ ਆਸਣ ਛੋਟੀ ਜਗ੍ਹਾ ਦੇ ਉੱਤੇ ਗ੍ਰੰਥ ਸਾਹਿਬ ਨੂੰ ਰੱਖਿਆ ਜਾਂਦਾ ਸੀ ਔਰ ਆਪਣੀ ਮਰਜ਼ੀ ਨਾਲ ਲੋਕ ਆ ਕੇ ਪੜ੍ਹ ਲੈਂਦੇ ਸਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲ ਆਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ, ਔਰ ਇਹ ਹੈ ਮੇਰਾ ਪਾਕਿਸਤਾਨ, ਸਿਕਿਉਰਿਟ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਜਗ੍ਹਾ ਨੂੰ ਮੁਨਸਲਿਕ ਕੀਤਾ ਜਾਂਦਾ ਹੈ ਅਜੀਤ ਸਿੰਘ ਸਾਂਧਾ ਵਾਲੀਆਂ ਦੇ ਨਾਲ। ਇਸ ਤੋਂ ਥੋੜ੍ਹੀ ਹੀ ਦੂਰ ਦੇ ਜਗ੍ਹਾ ਦੇ ਉੱਤੇ ਜਾ ਕੇ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਸਾਂਧਾ ਵਾਲੀਆ। ਸਾਂਧਾ ਵਾਲੀਆ ਜਿਹੜੀ ਇੱਕ ਮਿਸਲ ਸੀ ਔਰ ਉਹਨਾਂ ਨੇ ਸਿੱਖ ਜਿਹੜੀ ਸ਼ਾਹੀ ਖਾਨਦਾਨ ਸੀ ਉਹਨੂੰ ਖਤਮ ਕਰਨ ਦੇ ਵਿੱਚ ਆਖਰੀ ਜਿਹੜਾ ਹੱਥ ਸੀ ਅਜੀਤ ਸਿੰਘ ਸਾਂਧਾ ਵਾਲੀਆਂ ਦਾ ਸੀ। ਔਰ ਅਜੀਤ ਸਿੰਘ ਸਾਂਧਾ ਵਾਲੀਆਂ ਨੂੰ ਜਿਹੜਾ ਪ੍ਰੋਮੀਨੈਂਟ ਕਰਨ ਵਾਲਾ ਬੰਦਾ ਸੀ ਉਸ ਬੰਦੇ ਦਾ ਨਾਮ ਸੀ ਧਿਆਨ ਸਿੰਘ ਡੋਗਰਾ। ਇਸ ਜਗ੍ਹਾ ਨੂੰ ਉਸ ਬੰਦੇ ਨਾਲ ਵੀ ਜੋੜਿਆ ਜਾਂਦਾ ਹੈ। ਇਸ ਵਾਸਤੇ ਤੁਸੀਂ ਦੇਖੋ ਕਿ ਬਾਕੀ ਜਗ੍ਹਾ ਜਿੱਥੇ ਵੀ ਮੈਂ ਤੁਹਾਨੂੰ ਲੈ ਕੇ ਗਿਆ ਵਾਂ, ਇਹ ਪੂਰੀ ਡਿਊੜੀ ਸੀ, ਇਹ ਪੂਰੀ ਡਿਊੜੀ ਬੰਦ ਸੀ ਇਸ ਉੱਤੋਂ। ਇਹ ਦੇਖੋ ਇਹ ਦੀਵਾਰ ਦੇ ਅਸਾਰ ਪੂਰੇ ਬਾਕੀ ਨੇ, ਇਹ ਮੁਕੰਮਲ ਡਿਊੜੀ ਸੀ ਔਰ ਇਹ ਫਿਰ ਨਾਲ ਅੰਦਰ ਐਂਟਰ ਹੋਣ ਦੇ ਨਾਲ ਇਹ ਕਮਰੇ ਸਨ। ਬਾਕੀ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ 12 ਕਮਰੇ ਜਿਹੜੇ ਸਨ ਉਹ ਮੌਜੂਦ ਸਨ ਔਰ ਡਿਊੜੀਆਂ ਵੀ ਮੌਜੂਦ ਸਨ। ਇਹ ਪਲੇਸ ਤੁਸੀਂ ਦੇਖੋ ਜ਼ਰਾ, ਗੱਲ ਸੋਚਣ ਵਾਲੀ ਹੈ ਕਿ ਜਾਣ ਵਾਲੇ ਚਲੇ ਗਏ ਔਰ ਰਹਿ ਗਈਆਂ ਸਿਰਫ ਇੱਥੇ ਯਾਦਾਂ। ਇਹ ਦੇਖੋ ਬਹੁਤ ਪੁਖਤਾ ਦੀ 2.5 ਫੁੱਟ ਦੀ ਕਮ ਅਜ਼ ਕਮ ਦੀਵਾਰ ਹੈ, ਮੋਟੀ ਦੀਵਾਰ ਹੈ ਔਰ ਨਾਨਕ ਸ਼ਾਹੀ ਇੱਟ ਦੇ ਨਾਲ ਹੈ ਸਾਰਾ ਕੁਛ ਬਣਿਆ ਹੋਇਆ ਹੈ। ਦੇਖੋ ਤੁਸੀਂ ਇਸੇ ਤਰ੍ਹਾਂ, ਇਹ ਅੱਗੇ ਰਸੋਈ ਘਰ ਸੀ, ਫਿਰ ਲੰਗਰਖਾਨਾ ਸੀ, ਲੰਗਰਖਾਨੇ ਦੇ ਨਾਲ ਨਾਲ ਹੈ ਤੁਸੀਂ ਦੇਖੋ ਇਹ ਪੂਰੇ ਪੁਰਾਣੇ ਜਿਹੜੇ ਅਸਥਾਨ ਨੇ ਉਹਨਾਂ ਦੇ ਹਲੇ ਤੱਕ ਆਸਾਰ ਪੂਰੇ ਨੇ ਔਰ ਇਹ ਛੋਟੀ ਇੱਟ ਦਾ ਸਾਰਾ ਕੁਛ ਬਣਿਆ ਹੋਇਆ ਹੈ। ਹੁਣ ਮੈਂ ਬਾਅਦ ਤੋਂ ਆਏ ਹੋਏ ਲੋਕਾਂ ਨੂੰ ਇਹ ਜਗ੍ਹਾ ਅਲਾਟ ਕੀਤੀ ਗਈ ਹੈ ਜਿਨ੍ਹਾਂ ਨੂੰ ਇਸ ਜਗ੍ਹਾ ਦੀ ਇੰਪੋਰਟੈਂਸ ਦੇ ਮੁਤਲਕ ਕੁਛ ਵੀ ਨਹੀਂ ਪਤਾ, ਕਿਉਂਕਿ ਅਗਰ ਖਾਲੀ ਸਮਾਧ ਹੋਵੇ ਤਾਂ ਪਿੰਡ ਦੇ ਬਾਹਰ ਹੁੰਦੀ ਹੈ, ਪਿੰਡ ਦੇ ਦਰਮਿਆਨ ਵਿੱਚ ਕਦੀ ਵੀ ਕੋਈ ਸਮਾਧ ਸੈਂਟਰ ਦੇ ਵਿੱਚ ਨਹੀਂ ਹੋਈ ਅੱਜ ਤੱਕ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ। ਇਸ ਦੀ ਨਵੇਂ ਬਹੁਤ ਜ਼ਿਆਦਾ ਸਾਰੀ ਜ਼ਮੀਨ ਹੈ,
ਇਸ ਗੁਰਦੁਆਰੇ ਦੇ ਮੈਨੂੰ ਕਨਫਰਮ ਤਾਂ ਨਹੀਂ ਹੋ ਸਕੀ, ਲੇਕਿਨ ਅੱਛੀ ਖਾਸੀ ਲੈਂਡ ਜਿਹੜੀ ਹੈ ਇਸ ਗੁਰਦੁਆਰੇ ਦੇ ਨਾਮ ਹੈ। ਇਸ ਤੋਂ ਬਾਅਦ ਥੋੜ੍ਹੇ ਹੀ ਫਾਸਲੇ 'ਤੇ, ਅੱਧੇ ਕਿਲੋਮੀਟਰ ਦੇ ਫਾਸਲੇ ਦੇ ਉੱਤੇ ਗੁਰਦੁਆਰਾ ਸ੍ਰੀ ਸਾਂਦਾ ਵਾਲੀਆ ਛੇਵੀਂ ਪਾਤਸ਼ਾਹੀ ਹੈ, ਜਿੱਥੇ ਕਿ ਗੁਰੂ ਸਾਹਿਬ ਨੇ ਛੇਵੀਂ ਪਾਤਸ਼ਾਹੀ ਦੇ ਗੁਰੂ ਸਾਹਿਬ ਨੇ ਆ ਕੇ ਰੈਸਟ ਕੀਤੀ ਸੀ। ਉੱਥੇ ਦੋ ਸਰੋਵਰ ਸਨ, ਔਰਤਾਂ ਦਾ ਸਰੋਵਰ ਅਲੈਦਾ ਸੀ ਔਰ ਮਰਦਾਂ ਦਾ ਸਰੋਵਰ ਅਲੈਦਾ ਸੀ। ਮੈਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਮੈਂ ਉੱਥੇ ਵੀ ਲੈ ਚੱਲਾਂਗਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਬਾਰਾਦਰੀ, ਔਰ ਪਿੰਡ ਦਾ ਨਾਮ ਹੈ ਨੜਵੜ, ਈਸਟ ਲਾਹੌਰ ਵਿੱਚ। ਤਕਰੀਬਨ ਇਸ ਵੇਲੇ ਮੈਂ ਲਾਹੌਰ ਤੋਂ ਕੋਈ 32 ਕਿਲੋਮੀਟਰ ਦੇ ਫਾਸਲੇ 'ਤੇ ਹਾਂ, ਈਸਟ ਸਾਈਡ ਦੇ 'ਤੇ, ਬਿਲਕੁਲ ਵਾਹਗਾ ਬਾਰਡਰ ਦੀ ਬਾਉਂਡਰੀ ਦੇ ਬਿਲਕੁਲ ਕਰੀਬ ਹਾਂ ਮੈਂ। ਮੇਰੇ ਨਾਲ ਇਸ ਸਫ਼ਰ ਦੇ ਉੱਤੇ ਕਾਸ਼ਿਫ ਕੁਰਕੀ, ਔਰ ਮੇਰੇ ਨਾਲ ਨੇ ਨਾਲ ਵੀਰ ਸ਼ੇਵ ਰਜ਼ਾ। ਅਸੀਂ ਟਰਾਇਕਾ ਬਣਾ ਕੇ ਅਤੇ ਇਹ ਸਾਰਾ ਕੁਝ ਡਿਸਕਵਰ ਕਰਨ ਵਾਸਤੇ ਆਏ ਹੋਏ ਹਾਂ। ਔਰ ਛੋਟੀਆਂ ਜ਼ਿਲ੍ਹਿਆਂ ਦੇ ਮੈਂ ਦੱਸਿਆ ਕਿ ਵੀ ਗੁਰਦੁਆਰੇ ਦੀਆਂ ਜਿਹੜਾ ਛੋਟੇ ਸਾਈਜ਼ ਦੇ ਗੁਰੂ ਗ੍ਰੰਥ ਸਾਹਿਬ ਸਨ, ਉਹ ਇਹਦੇ ਵਿੱਚ ਰੱਖੇ ਜਾਂਦੇ ਸੀ ਅੰਦਰ ਹੀ, ਔਰ ਸੁੱਖ ਆਸਨ ਜਿਹੜਾ ਸੀ ਉਹ ਇਹ ਜਗ੍ਹਾ ਨੂੰ ਐਜ਼ ਏ ਸੁੱਖ ਆਸਨ ਯੂਜ਼ ਕੀਤਾ ਜਾਂਦਾ ਸੀ। ਗੱਲ ਸਿਰਫ ਇਸ ਉਮਰ ਦੀ ਹੈ ਕਿ ਜਦੋਂ ਵੀ ਕੋਈ ਚੀਜ਼ ਜਿਹੜੀ ਹੈ ਨਿਗਲੈਕਟ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਹੋ ਜਾਂਦੀ ਹੈ, ਅਤੇ ਸਾਨੂੰ ਇਸ ਹੈਰੀਟੇਜ ਨੂੰ ਬਚਾਉਣਾ ਚਾਹੀਦਾ ਹੈ। ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਚੀਜ਼ ਬਾਰੇ ਥੋੜ੍ਹੀ ਜਿੰਨੀ ਜਿਹੜੀ ਹੈ ਅਵੇਅਰਨੈਸ ਦੀ ਜ਼ਰੂਰਤ ਹੈ ਕਿ ਕਿਹੜਾ ਕਿਹੜਾ ਹੈਰੀਟੇਜ ਕਿੱਥੇ ਕਿੱਥੇ ਪਿਆ ਹੋਇਆ ਹੈ। ਕਾਇੰਡਲੀ ਉਸ ਨੂੰ ਜ਼ਰੂਰ ਦੇਖੋ ਔਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਮੈਂ ਸ਼ੁਰੂ 'ਚ ਕਿਹਾ ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ ਨੇ, ਉਹ ਹਿਸਾਬ ਹੈ ਕਿ ਜਦੋਂ ਕੋਈ ਨਹੀਂ ਹੁੰਦਾ ਕਿਤੇ ਅਤੇ ਉਸ ਜਗ੍ਹਾ ਦਾ ਫਿਰ ਇਹ ਹਾਲ ਹੁੰਦਾ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਬਾਰਾਦਰੀ, ਔਰ ਇਹ ਪ੍ਰਕਾਸ਼ ਅਸਥਾਨ ਹੈ। ਔਰ ਇਸ ਤੋਂ ਪਹਿਲੇ ਮੈਂ ਤਕਰੀਬਨ 6 ਗੁਰਦੁਆਰਿਆਂ ਦੇ ਪ੍ਰਕਾਸ਼ ਅਸਥਾਨ ਜਿਹੜੇ ਨੇ ਇਸੇ ਹੀ ਤਰੀਕੇ ਨਾਲ ਮੈਂ ਦਿਖਾ ਚੁੱਕਿਆ ਵਾਂ। ਮੇਰੀ ਰਿਸਰਚ ਮੈਨੂੰ ਇਹ ਕਹਿੰਦੀ ਹੈ ਅਗਰ ਤੁਹਾਡੇ ਕੋਲ ਇਸ ਤੋਂ ਬਿਹਤਰ ਰਿਸਰਚ ਹੈ ਤਾਂ ਪਲੀਜ਼ ਮੈਨੂੰ ਗਾਈਡ ਕਰੋ। ਮੈਂ ਕਦੀ ਵੀ ਕਿਸੇ ਨੂੰ ਰਿਫਿਊਜ਼ ਨਹੀਂ ਕੀਤਾ, ਲੇਕਿਨ ਇਹ ਵੇ ਕਿ ਜੋ ਮੇਰੇ ਨੌਲੇਜ ਦੇ ਮੁਤਾਬਿਕ ਹੈ ਮੈਂ ਉਹ ਦੱਸ ਰਿਹਾ ਵਾਂ। ਸਮਾਧੀਆਂ ਇੱਥੇ ਵੀ ਨੇ, ਬਾਹਰ ਵੀ ਨੇ, ਛੋਟੀਆਂ ਨੇ, ਲੇਕਿਨ ਇਹ ਜਗ੍ਹਾ ਜਿਹੜੀ ਹੈ ਗੁਰਦੁਆਰਾ ਸ੍ਰੀ ਬਾਰਾਦਰੀ ਸਾਹਿਬ, ਔਰ ਪਿੰਡ ਹੈ ਨੜਵੜ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਬਾਰਾਦਰੀ। ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਸੇਵ ਗੁਰਦੁਆਰਾ ਦੈਨ ਟੈਂਪਲਸ ਆਫ ਪਾਕਿਸਤਾਨ।